Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਥਾਵਾਚਕ ਭਾਈ ਪਰਮਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਅਕਸਰ ਤੁਸੀਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਵੇਖਦੇ ਸੁਣਦੇ ਰਹਿੰਦੇ ਹੋ। ਅੱਜ ਇਹਨਾਂ ਦੀ ਇੱਕ ਵੀਡੀਓ ਆਈ ਹੈ ਜਿਦੇ ਵਿੱਚ ਨਾਨਕ ਸਰਪ੍ਰਦਾ ਨੂੰ ਇਹਨਾਂ ਨੇ ਟਾਰਗੇਟ ਕੀਤਾ। ਜਿਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਨਹੀਂ ਇਹਨਾਂ ਦੇ ਮਹਾਪੁਰਸ਼ਾਂ ਨੂੰ ਮੰਨਦਾ ਕਿਉਂਕਿ ਇਹਨਾਂ ਨੇ ਬਾਣੀ ਨੂੰ ਵਿਗਾੜਿਆ। ਪਰ ਤੁਸੀਂ ਲੋਕ ਇਹਨਾਂ ਨੂੰ ਮਹਾਪੁਰਸ਼ ਮੰਨਦੇ ਹੋਮੋਗੇ। ਭਾਵੇਂ ਇਹਨਾਂ ਦੀ ਸਰਕਾਰੇ ਦਰਬਾਰੇ ਚੱਲਦੀ ਐ ਜਾਂ ਮੇਰਾ ਸਿਰ ਲਹਾ ਦਿਓ ਮੈਂ ਇਹਨਾਂ ਨੂੰ ਮਹਾਪੁਰਸ਼ ਨਹੀਂ ਮੰਨਦਾ ਬਾਕੀ ਜੋ ਇਹਨਾਂ ਨੇ ਵੀਡੀਓ ਵਿੱਚ ਕਿਹਾ ਆਓ ਸੁਣਦੇ ਆਂ ਮਹਾਪੁਰਸ਼ ਨੇ ਜਿਨ੍ਹਾਂ ਬਾਰੇ ਸਿੰਘ ਸਾਹਿਬ ਬੋਲ ਕੇ ਅੱਤੇ ਨੇ ਜਿਨ੍ਹਾਂ ਦਾ ਪਰਸੋਂ ਆਗਮਨ ਆ ਜਿਹਨੂੰ ਭਗਤ ਰਵਿਦਾਸ ਕਹਿੰਦੇ ਮਹਾਪੁਰਸ਼ਿਆ ਮਹਾਪੁਰਸ਼ ਉਹ ਜਿਨ੍ਹਾਂ ਦੇ ਮੂੰਹ ਚੋਂ ਬਾਣੀ ਪ੍ਰਗਟ ਹੋਈ ਇਹਨਾਂ ਨੇ ਤੇ ਬਾਣੀ ਨੂੰ ਵਿਗਾੜਿਆ ਸਗੋਂ ਤੁਹਾਡੇ ਮਹਾਪੁਰਸ਼ਾਂ ਨੇ ਨਹੀਂ ਪਤਾ ਲੱਗਾ ਜੀ ਜੀ ਇਹਨਾਂ ਨੇ ਤੇ ਬਾਣੀ ਦੇ ਸਰੂਪ ਨੂੰ ਵਿਗਾੜਿਆ ਹੈ ਇਹ ਮਹਾਪੁਰਸ਼ ਕਿੱਥੋਂ ਨੇ ਇਹ ਡੇਰੇਦਾਰ ਤੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਬਾਰੇ ਗਲਤ ਮਲਤ ਗੱਲਾਂ ਜੋੜ ਕੇ ਵਿਚ ਲਾਉਂਦੇ ਇੱਕੋ ਸਿਮਰੋ ਨਾਨਕਾ ਜੋ ਜਲ ਥਰ ਰਿਆ ਸਮਾਏ ਦੂਜਾ ਕਾ ਇਹ ਸਿਮਰੀਏ ਜੰਮੇ ਤੇ ਮਰ ਜਾਏ ਬਾਣੀ ਨਹੀਂ ਗਈ ਮਗਰ ਨਾਨਕ ਸਰਵਾਲੇ ਦੇ ਗੁੜਕੇ ਚ ਵੇਖੋ ਲਿਖਿਆ ਹੈ ਇਹਨਾਂ ਨੂੰ ਮੈਂ ਨਹੀਂ ਮਹਾਪੁਰਸ਼ ਮੰਨਦਾ ਦੁਨੀਆ ਮੰਦੀ ਹੋ ਸਰਕਾਰੀ ਦਰਬਾਰੇ ਬਹੁਤ ਪਹੁੰਚਾ ਇਹਨਾਂ ਦਾ ਸਿਰ ਲਵਾ ਦੋ ਮੇਰਾ ਮੈਂ ਤਾਂ ਸੱਚੀ ਗੱਲ ਕਰਦਾ ਵੀ ਮਹਾਪੁਰਸ਼ ਉਹਨੇ ਜਿਨ੍ਹਾਂ ਭਗਤ ਕਬੀਰ ਜੀ ਨੇ ਬਾਣੀ ਉਚਾਰੀ ਇਹ ਬਾਣੀ ਪਤਾ ਲਗਾ ਵੀ ਇਹ ਬਾਣੀ ਕਿੰਨਾ ਦੀ ਹੈ ਤੇ ਮਹਾਪੁਰਖਾਂ ਦੇ ਮੂੰਹ ਦੇ ਵਿੱਚੋਂ ਬਾਣੀ ਨਿਕਲੀ ਆ